ਉਹਨਾਂ ਨੂੰ ਉਹਨਾਂ ਦੀ ਅਪਲਾਈ ਕੀਤੀ ਆਫਰ ਲੈਟਰ ਦਾ, ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਬਾਅਦ ਰਿਪਲਾਈ ਕਰਦੇ ਆ, ਇੱਕ ਬੱਚੇ ਦੀ ਈਮੇਲ ਦਾ ਰਿਪਲਾਈ ਕਰਦੇ ਹੋ, ਐਡਾ ਤਾਂ ਕੋਈ ਕਾਲਜ ਕੋਲ ਵੀ ਐਵੇਂ ਦਾ ਸਿਸਟਮ ਹੈ ਨਹੀਂ। ਚਲੋ ਜੀ, ਇਹ ਸਾਰਾ ਸੀਨ ਹੋਇਆ ਜੀ, ਬੱਚਿਆਂ ਦੇ ਵੀਜ਼ਾ ਲੱਗ ਗਏ, ਬੱਚਿਆਂ ਦੇ ਵਰਕ ਪਰਮਿਟ ਆ ਗਏ। ਹੁਣ ਆਪਾਂ ਇੱਕ ਪਹਿਲੂ ਦੇ ਉੱਪਰ ਇਹ ਗੱਲ ਕਰਦੇ ਹਾਂ ਕਿ ਕਸੂਰਵਾਦ ਕੌਣ ਹੈ ਇਹਦਾ। ਇਹ ਸਾਰੇ ਦਾ ਕਸੂਰਵਾਰ ਬੱਚੇ ਨੇ, ਕੈਨੇਡਾ ਹਾਈ ਕਮਿਸ਼ਨ ਆ ਕਿ ਏਜੰਟ ਆ। ਇਹਦਾ ਜਿਹੜਾ ਕਸੂਰਵਾਰ ਆ ਜੀ, ਉਹ ਕਸੂਰਵਾਰ ਏਜੰਟ ਆ, ਹੈ ਨਾ ਜੀ, ਜਿਨ੍ਹਾਂ ਨੇ ਇਹ ਚੂਜ਼ ਕੀਤਾ ਅਤੇ ਨਾਲ ਹੀ ਏਜੰਟ ਦੇ ਨਾਲ ਹੀ ਕਸੂਰਵਾਦ, ਕਿਉਂਕਿ ਇਹਨਾਂ 'ਚੋਂ 70-80% ਜਿਹੜੇ ਬੱਚੇ ਨੇ ਉਹ ਪੈਕੇਜ ਦੇ ਉੱਪਰ ਗਏ। ਸੋ ਜਿਹੜੇ ਮਾਂ ਪਿਓ ਨੇ ਆਪਣੇ ਬੱਚਿਆਂ ਨੂੰ ਪੈਕੇਜ ਬਣਾ ਕੇ ਭੇਜਿਆ ਕਿ ਜੀ ਉੱਕਾ ਪੁੱਕਾ ਦੱਸੋ ਕਿੰਨਾ ਲਾਉਂਗੇ, ਸਾਨੂੰ ਸਵਾਹ ਫਰਕ ਨਹੀਂ ਪੈਂਦਾ ਕਿਹੜਾ ਕਾਲਜ ਆ, ਸਾਨੂੰ ਸਵਾਹ ਫਰਕ ਨਹੀਂ ਪੈਂਦਾ ਕਿ ਬੱਚੇ ਲਈ ਕੋਰਸ ਕਿਹੜਾ, ਕਾਲਜ ਕਿਹੜਾ, ਫੀਸ ਕਿੰਨੀ ਆ, ਤੁਸੀਂ ਦੱਸੋ ਵੀਜ਼ਾ ਲੱਗਣ ਤੋਂ ਬਾਅਦ ਮੋਟਾ ਮੋਟਾ ਦੱਸੋ ਪੈਸਾ ਕਿੰਨਾ ਲਾਉਂਗੇ। 16 ਲੱਖ ਲਾਉਂਗੇ, ਠੀਕ ਆ, ਦਿੱਤਾ ਵੀਜ਼ਾ ਲਵਾਓ, ਕਿਹਦਾ ਵੀਜ਼ਾ ਲਵਾਓ, ਕਿਹੜੇ ਕਾਲਜ ਦਾ ਵੀਜ਼ਾ ਲਵਾਓ, ਕਿਹੜੇ ਕੋਰਸ ਦਾ ਵੀਜ਼ਾ ਲਵਾਓ, ਕਿਉਂਕਿ ਤਾੜੀ ਇੱਕ ਹੱਥ ਨਾਲ ਨਹੀਂ ਜੇ ਵੱਜਦੀ। ਜਦੋਂ ਅਸੀਂ ਜਾ ਕੇ ਕਿਸੇ ਵੀ ਬੰਦੇ ਨੂੰ ਕਹਿੰਦੇ ਹਾਂ ਤੂੰ ਗਲਤ ਕੰਮ ਕਰ, ਜਦੋਂ ਅਸੀਂ ਪੰਜਾਬੀ ਕਿਸੇ ਵੀ ਏਜੰਟ ਨੂੰ ਜਾ ਕੇ ਕਹਿੰਦੇ ਹਾਂ ਪੈਕੇਜ ਬਣਾ, ਉੱਕਾ ਪੁੱਕਾ ਕਰ, ਮੈਂ ਗੱਲ ਕਰਦਾ ਜੀ ਸਟੈਪ ਬਾਈ ਸਟੈਪ ਹਰ ਪਹਿਲੂਆਂ ਦੀ, ਕੌਣ ਕੌਣ ਜ਼ਿੰਮੇਵਾਰ ਨੇ ਅਤੇ ਇਹਦਾ ਹੱਲ ਕੀ ਆ ਅਤੇ ਇਹਦਾ ਸਲਿਊਸ਼ਨ ਕੀ ਆ ਅਤੇ ਆਉਣ ਵਾਲਾ ਟਾਈਮ ਕਿਵੇਂ ਦਾ ਵਾ, ਆਪਾਂ ਇਹਨਾਂ ਪਹਿਲੂਆਂ ਦੇ ਉੱਪਰ ਗੱਲ ਕਰ ਰਹੇ ਹਾਂ। ਪੇਰੈਂਟਸ ਜ਼ਿੰਮੇਵਾਰ ਨੇ ਬਰੋਬਰ ਦੇ, ਔਰ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਜ਼ਿੰਮੇਵਾਰ ਆ, ਗੁਨਾਹਗਾਰ ਆ, ਜ਼ਿੰਮੇਵਾਰ ਨਹੀਂ ਗੁਨਾਹਗਾਰ ਆ, ਉਹ ਆ ਉਹ ਏਜੰਟ ਸਾਰੇ ਜਿਨ੍ਹਾਂ ਨੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਨ ਲਈ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਹੁਣ ਜਿਹੜੇ ਲੋਕ ਜਿਹੜੇ ਕਹਿੰਦੇ ਜੀ ਕੈਨੇਡਾ ਗੌਰਮੈਂਟ ਦੀ ਗਲਤੀ ਕੱਢਦੇ ਆ ਕਿ ਐਮਬੈਸੀ ਨੇ ਚੈੱਕ ਕੀਤਾ ਹੋਣਾ ਚਾਹੀਦਾ ਸੀ। 5 ਲੱਖ 5 ਲੱਖ ਬੱਚਾ ਆਇਆ ਆ ਕੈਨੇਡਾ ਦੇ ਵਿੱਚ ਟੋਟਲ ਸਾਲ ਦੇ ਵਿੱਚ। ਹੁਣ ਮੈਨੂੰ ਦੱਸੋ ਕਿ ਇੱਕ ਅੰਬੈਸੀ ਨੋਰਮਲੀ 3 ਮਹੀਨੇ 2 ਮਹੀਨੇ 3 ਮਹੀਨੇ ਲਾਉਂਦੀ ਆ ਇੱਕ ਫਾਈਲ ਨੂੰ ਸਿਰਫ ਚੈੱਕ ਕਰਕੇ ਉਹਦਾ ਵੀਜ਼ਾ ਪ੍ਰੋਸੈਸ ਕਰਨ ਲਈ। ਸੋ ਅਗਰ ਇੱਕ ਅੰਬੈਸੀ ਦਾ ਇੱਕ ਵੀਜ਼ਾ ਆਫਿਸਰ ਇੱਕ ਇੱਕ ਕਾਲਜ ਨੂੰ, ਮੰਨ ਲਓ ਅਗਰ 3 ਲੱਖ ਜਾਂ 4 ਲੱਖ ਐਪਲੀਕੇਸ਼ਨਸ ਆਉਂਦੀਆਂ ਅਤੇ ਉਹ 4 ਲੱਖ ਦੇ 4 ਲੱਖ 4 ਲੱਖ ਈਮੇਲਾਂ ਕਾਲਜਸ ਨੂੰ ਕਰਕੇ ਉਹਨਾਂ ਤੋਂ ਕਨਫਰਮੇਸ਼ਨ ਲੈਣ ਲੱਗ ਜਾਣ ਵੀਜ਼ਾ ਆਫਿਸਰ ਇਕੱਲੇ, ਐਵੇਂ ਦਾ ਕੋਈ ਸਿਸਟਮ ਨਹੀਂ ਆ ਕਿ ਕੈਨੇਡਾ ਦੇ ਕਾਲਜ ਨੇ ਆਫਰ ਲੈਟਰ ਇਸ਼ੂ ਕੀਤੀ ਹੈ ਉਹ ਅਸਲੀ ਹੈ ਕਿ ਨਕਲੀ ਆ ਵੀਜ਼ਾ ਆਫਿਸਰ ਨੂੰ ਪਤਾ ਚੱਲ ਜੇ। ਅਨਟਿਲ ਅਨਲੈਸ ਵੀਜ਼ਾ ਆਫਿਸਰ ਕਮਿਊਨੀਕੇਟ ਨਹੀਂ ਕਰਦੇ ਉਸ ਕਾਲਜ ਐਂਡ ਉਸ ਯੂਨੀਵਰਸਿਟੀਜ਼ ਦੇ ਨਾਲ, ਐਂਡ ਮੋਸਟ ਪ੍ਰੋਬਲੀ ਜਦੋਂ ਤੁਸੀਂ ਇੰਡੀਆ 'ਚ ਬੈਠੇ ਹੋਏ ਹੋ ਅਤੇ ਤੁਹਾਡੀ ਅੰਬੈਸੀ ਹੈ ਚੰਡੀਗੜ੍ਹ ਜਾਂ ਦਿੱਲੀ, ਇਹ ਵੀ ਤੁਹਾਡੇ ਉਹ ਤੁਹਾਡੇ ਵਾਂਗ ਹੀ ਨੇ। ਜਦੋਂ ਇਹ ਪ੍ਰੋਸੈਸਿੰਗ ਦੇ ਟਾਈਮ ਦੇ ਵਿੱਚ ਜਦੋਂ ਚੰਡੀਗੜ੍ਹ ਔਰ ਦਿੱਲੀ ਅੰਬੈਸੀ ਵਾਲੇ ਜਦੋਂ ਆ ਕੇ ਕੰਮ ਕਰਦੇ ਉਹ ਕੈਨੇਡਾ ਸਾਰਾ ਸੁੱਤਾ ਪਿਆ ਹੁੰਦਾ ਅਤੇ ਕੈਨੇਡਾ ਦੇ ਕਾਲਜਸ ਵੀ ਬੰਦ ਹੁੰਦੇ ਆ। ਅਤੇ ਅਗਰ ਆਪਾਂ ਦਿਨ ਰਾਤ ਦਾ ਹਿਸਾਬ ਲਾਈਏ ਅਤੇ ਅਗਰ ਇੱਕ ਇੱਕ ਵੀਜ਼ਾ ਆਫਿਸਰ ਇੱਕ ਇੱਕ ਬੱਚੇ ਦੀ ਇੱਕ ਇੱਕ ਕਾਲਜ ਦੀ ਆਫਰ ਲੈਟਰ ਵੈਰੀਫਿਕੇਸ਼ਨ ਕਰਨ ਲੱਗ ਜਾਵੇ ਤੁਹਾਡਾ ਵੀਜ਼ਾ ਸਾਲ ਸਾਲ ਬਾਅਦ ਆਊਗਾ। ਮੈਂ ਫੇਵਰ ਨਹੀਂ ਲੈ ਰਿਹਾ ਕੈਨੇਡਾ ਅੰਬੈਸੀ ਦੀ, ਬਟ ਮੈਂ ਦੱਸਣਾ ਚਾਹ ਰਿਹਾ ਪ੍ਰੋਸੀਜਰ ਹੀ ਨਹੀਂ, ਪ੍ਰੋਸੈਸ ਹੀ ਨਹੀਂ ਹੈ, ਕੋਈ ਸਿਸਟਮ ਹੀ ਨਹੀਂ ਉਹਨਾਂ ਕੋਲ ਕਿ ਇਕੱਲੀ ਇਕੱਲੀ ਆਫਰ ਲੈਟਰ ਉਹ ਚੈੱਕ ਕਰ ਲੈਣ। ਫਿਰ ਉਸ ਤੋਂ ਬਾਅਦ ਹੁਣ ਬਹੁਤ ਸਾਰੇ ਲੋਕ ਸੀਗੇ ਜਿਹੜੇ ਫੀਸਾਂ LOA ਲੈਟਰ ਆਫ ਐਕਸੈਪਟੈਂਸ ਜਾਲੀ ਲਾਉਂਦੇ ਸੀਗੇ, ਉਹਦਾ ਕੋਈ ਪ੍ਰੋਸੈਸ ਨਹੀਂ ਹੈ। ਉਸ ਤੋਂ ਬਾਅਦ ਚਲੋ ਵੀਜ਼ਾ ਆਇਆ ਚਲੇ ਗਏ, ਵਰਕ ਪਰਮਿਟ ਦੇ ਵਿੱਚ ਉਹਨਾਂ ਨੇ ਫਾਈਲ ਲਗਾਈ। ਤੁਸੀਂ ਕੈਨੇਡਾ ਗੌਰਮੈਂਟ ਨੂੰ ਇਸ ਲਈ ਕਟਹਿਰੇ 'ਚ ਖੜ੍ਹੇ ਨਹੀਂ ਕਰ ਸਕਦੇ ਕਿ ਜੀ ਤੁਹਾਡਾ ਫੋਲਟ ਹੈ, ਫੋਲਟ ਉਹਨਾਂ ਦਾ ਨਹੀਂ ਆ, ਫੋਲਟ ਸਾਡਾ ਵਾ ਕਿ ਅਸੀਂ ਗਲਤ ਡਾਕੂਮੈਂਟ ਲਾਇਆ। ਬਿਕੋਜ਼ ਉਹਨਾਂ ਦੇ ਹਰ ਇੱਕ ਰੂਲ ਦੇ ਉੱਪਰ, ਹਰ ਇੱਕ ਐਕਟ ਦੇ ਉੱਪਰ ਇਹ ਲਿਖਿਆ ਹੋਇਆ, ਬਾਰ ਬਾਰ ਉਹ ਬੋਲਦੇ ਆ, ਬਾਰ ਬਾਰ ਉਹ ਕਹਿੰਦੇ ਆ ਕਿ ਅਗਰ ਤੁਸੀਂ ਗਲਤ ਡਾਕੂਮੈਂਟ ਲਾ ਕੇ ਗਲਤ ਤਰੀਕੇ ਨਾਲ ਸਾਡੀ ਕੰਟਰੀ ਦੇ ਵਿੱਚ ਦਾਖਲ ਹੁੰਦੇ ਹੋ, ਜਦੋਂ ਫੜੇ ਗਏ ਅਸੀਂ ਡਿਪੋਰਟ ਕਰਾਂਗੇ। ਹੁਣ ਅਸੀਂ ਗੱਲ ਕਰਦੇ ਹਾਂ ਕਿ ਕੀ ਆਪਾਂ ਕਹਿੰਦੇ ਹਾਂ ਨਾ ਵਾਈਲ ਇਨ ਰੋਮ ਡੂ ਐਸ ਦਾ ਰੋਮਨਸ ਡੂ, ਤੁਹਾਡੇ ਇੰਡੀਆ ਦੀਆਂ ਜਿਹੜੀਆਂ ਧਾਰਾਵਾਂ ਨੇ ਉਹ ਕੈਨੇਡਾ ਨਹੀਂ ਮੰਨਦਾ ਅਤੇ ਜਿਹੜੀਆਂ ਕੈਨੇਡਾ ਦੇ ਰੂਲਸ ਐਂਡ ਰੈਗੂਲੇਸ਼ਨ ਨੇ ਉਹ ਤੁਹਾਡਾ ਇੰਡੀਆ ਨਹੀਂ ਮੰਨਦਾ। ਕੈਨੇਡਾ ਦਾ ਰੂਲ ਆ ਕਿ ਜਿਹੜੇ ਵੀ ਲੋਕ ਸਾਡੀ ਕੰਟਰੀ ਦੇ ਵਿੱਚ ਮਿਸਲੀਡ ਕਰਕੇ ਆਏ ਨੇ, ਔਰ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਹੋਰ ਦੱਸਣੀ ਚਾਹੁੰਦਾ, ਧਿਆਨ ਨਾਲ ਸੁਣਿਓ, ਕੈਨੇਡਾ ਦੇ ਵਿੱਚ ਅਗਰ ਤੁਸੀਂ ਮਰਡਰ ਕਰਦੇ ਹੋ, ਜਿੱਡਾ ਵੱਡਾ ਗੁਨਾਹ ਮੰਨਿਆ ਜਾਂਦਾ ਉਨਾ ਹੀ ਵੱਡਾ ਗੁਨਾਹ ਫਾਈਨੈਂਸ਼ੀਅਲ ਅਤੇ ਮਿਸਲੀਡ ਕਰਨ ਨੂੰ ਮੰਨਿਆ ਜਾਂਦਾ। ਅਗਰ ਤੁਸੀਂ ਕਿਸੇ ਨਾਲ ਫਾਈਨੈਂਸ਼ੀਅਲ ਫਰੋਡ ਕਰਦੇ ਹੋ ਜਾਂ ਤੁਸੀਂ ਕੈਨੇਡਾ ਗੌਰਮੈਂਟ ਨੂੰ ਮਿਸਲੀਡ ਕਰਦੇ ਹੋ, ਇਹ ਇੱਕ ਸਾਡੇ ਇੰਡੀਆ ਵਾਂਗ 420 ਦਾ ਕੇਸ ਨਹੀਂ ਚੱਲਦਾ ਕਿ ਜਿਹਦੇ 'ਚ ਮਹੀਨੇ ਬਾਅਦ ਜ਼ਮਾਨਤ ਹੋ ਜਾਂਦੀ ਹੈ ਅਤੇ 10 ਸਾਲ ਕੇਸ ਚੱਲਦਾ, ਇਹਨੂੰ ਬਹੁਤ ਵੱਡਾ ਗੁਨਾਹ ਮੰਨਦੇ ਨੇ। ਹੁਣ ਗੱਲ ਕਰਦੇ ਹਾਂ ਕਿ ਬੱਚੇ ਕਿੰਨੇ ਨੇ, 700 ਆ, 70 ਆ ਕੇ 7 ਲੱਖ ਆ, ਬੱਚਿਆਂ ਦੀ ਕਿਸੇ ਨੂੰ ਕੋਈ ਗਿਣਤੀ ਪ੍ਰੋਪਰ ਨਹੀਂ ਪਤਾ। ਪ੍ਰੋਸੀਜਰ ਇਹ ਆ ਕਿ ਬਹੁਤ ਸਾਰੇ ਬੱਚਿਆਂ ਨੂੰ ਲੈਟਰਸ ਆਈਆਂ ਨੇ ਬਾਰਡਰ ਸਿਕਿਉਰਿਟੀਜ਼ ਵੱਲੋਂ,
ਉਹ ਬੱਚਿਆਂ ਨੂੰ ਈਮੇਲਸ ਆਈਆਂ ਕਿ ਤੁਸੀਂ ਸਾਨੂੰ ਆ ਕੇ ਮਿਲੋ, ਅਗਰ ਤੁਸੀਂ ਸਾਨੂੰ ਆ ਕੇ ਨਹੀਂ ਮਿਲੇ ਤੇ ਆਪਾਂ ਤੁਹਾਡੇ ਤੇ ਐਕਸ਼ਨ ਲਵਾਂਗੇ। ਉਹ ਬੱਚੇ ਜਾ ਰਹੇ ਨੇ, ਉਹਨਾਂ ਨੂੰ ਮਿਲ ਰਹੇ ਨੇ, ਉਹ ਬੱਚਿਆਂ ਨੂੰ ਪੁੱਛ ਰਹੇ ਨੇ ਕਿ ਜੀ ਦੱਸੋ ਤੁਸੀਂ ਕਿਵੇਂ ਆਏ ਸੀ, ਤੁਸੀਂ ਕਿੱਦਾਂ ਆਏ, ਉਹ ਸਾਰੀ ਉਹਨਾਂ ਦੀ ਇੰਟਰਵਿਊਜ਼ ਲੈਂਦੇ ਆ। ਹੁਣ ਇੱਕ ਸਮਾਰਟ ਗੇਮ ਜਿਹੜੀ ਵੀ ਜਿਹੜੇ ਵੀ ਏਜੰਟ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਭੇਜੀ ਆ, ਉਹਨਾਂ ਨੇ ਸਮਾਰਟ ਗੇਮ ਕੀ ਖੇਡੀ ਆ, ਉਹਨਾਂ ਨੇ ਸਮਾਰਟ ਗੇਮ ਖੇਡੀ ਆ ਜੀ ਕਿ ਉਹਨਾਂ ਨੇ ਜਿਹੜੀਆਂ ਫਾਈਲਸ ਲੌਜ ਕੀਤੀਆਂ ਬੱਚਿਆਂ ਦੀਆਂ, ਉਹ ਫਾਈਲ ਲੌਜ ਬੱਚਿਆਂ ਦੇ ਇਨਾਮ ਤੇ ਕੀਤੀਆਂ। ਮਤਲਬ ਉਹਨਾਂ ਨੇ ਆਪਣਾ ਰੀਪ੍ਰੈਜੈਂਟੇਸ਼ਨ ਫਾਰਮ ਲਾਇਆ ਹੀ ਨਹੀਂ। ਹੁਣ ਬੱਚੇ ਆ ਕੇ ਵੀਜ਼ਾ ਆਫੀਸਰਸ ਨੂੰ ਕਹਿੰਦੇ ਆ ਕਿ ਜੀ ਸਾਨੂੰ ਨਹੀਂ ਪਤਾ ਕੀ ਹੋਇਆ, ਅਸੀਂ ਤੇ ਬੱਚੇ ਸੀਗੇ, ਅਸੀਂ ਤੇ ਆਫਰ ਲੈਟਰ ਲਿਆ ਏਜੰਟ ਤੋਂ ਤੇ ਏਜੰਟ ਨੇ ਕੀਤਾ ਜਿਹੜਾ ਵੀ ਕੁਛ ਕੀਤਾ। ਉਹ ਉਹਨਾਂ ਨੂੰ ਡਾਕੂਮੈਂਟ ਦਿਖਾਉਂਦੇ ਆ ਕਿ ਏਜੰਟ ਨੇ ਕੁਛ ਵੀ ਨਹੀਂ ਕੀਤਾ, ਏਜੰਟ ਤਾਂ ਹੈ ਹੀ ਨਹੀਂ ਤੁਹਾਡੇ ਮਾਮਲੇ ਦੇ ਵਿੱਚ, ਏਜੰਟ ਹੈ ਹੀ ਨਹੀਂ, ਤੁਸੀਂ ਹੀ ਹੋ, ਤੁਸੀਂ ਆਫਰ ਲੈਟਰ ਮੰਗਵਾਈ ਆ, ਤੁਸੀਂ ਹੀ ਅੱਗੇ ਆਪਣਾ ਰੀਪ੍ਰੈਜੈਂਟੇਸ਼ਨ ਫਾਰਮ 'ਚ ਤੁਹਾਡਾ ਹੀ ਨਾਮ ਆ, ਤੁਸੀਂ ਖੁਦ ਆਪਣੀ ਫਾਈਲ ਆ ਜਿਹੜੀ ਅੰਬੈਸੀ ਨੂੰ ਰੀਪ੍ਰੈਜੈਂਟ ਕੀਤੀ ਆ, ਦੇਅਰ ਇਜ਼ ਨੋ ਐਨੀ ਏਜੰਟ ਲੋ। ਹੁਣ ਇਹ ਇੱਕ ਨਵਾਂ ਜਿਹੜਾ ਪ੍ਰੋਬਲਮ ਆ ਜਿਹਦੇ ਵਿੱਚ ਬੱਚਿਆਂ ਲਈ ਪ੍ਰੂਫ ਕਰਨਾ ਹੀ ਔਖਾ ਹੋਇਆ ਪਿਆ ਕਿ ਅਸੀਂ ਨਹੀਂ ਆਏ। ਫਿਰ ਬੱਚੇ ਕਹਿੰਦੇ ਆ ਕਿ ਜੀ ਅਸੀਂ, ਹੁਣ ਕੈਨੇਡਾ ਗਵਰਨਮੈਂਟ ਕੀ ਸਮਝਦੀ ਆ ਉਹਨਾਂ ਨੂੰ ਨਹੀਂ, ਮਤਲਬ ਕਿ ਤੁਸੀਂ ਆਪਣੇ ਬੱਚਿਆਂ ਨੂੰ ਪਲੱਸ ਟੂ ਤੱਕ ਸਕੂਲ ਛੱਡਣ ਜਾਂਦੇ ਹੋ ਅਤੇ ਸਕੂਲੋਂ ਲੈ ਕੇ ਆਉਂਦੇ ਹੋ, ਜਾਂ ਤੁਸੀਂ ਬੱਚਿਆਂ ਲਈ ਆਪਣੇ ਇੰਨੇ ਪ੍ਰੋਸੈਸਿਵ ਹੋ, ਇੰਨੇ ਪ੍ਰੋਟੈਕਟ ਕਰਕੇ ਰੱਖਦੇ ਹੋ ਆਪਣੇ ਬੱਚਿਆਂ ਨੂੰ ਕਿ ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਇੱਧਰ ਨਹੀਂ ਜਾਣਾ। ਕੈਨੇਡਾ ਦਾ ਕਲਚਰ ਡਿਫਰੈਂਟ ਆ, ਕੈਨੇਡਾ ਨੇ ਆਪਣੇ ਕਲਚਰ ਦੇ ਹਿਸਾਬ ਨਾਲ ਆਪਣੀਆਂ ਪੋਲਿਸੀਜ਼, ਆਪਣੀਆਂ ਧਾਰਾਵਾਂ, ਆਪਣਾ ਸੰਵਿਧਾਨ ਲਿਖਿਆ ਹੋਇਆ। ਇਹਨਾਂ ਦੇ ਵਿੱਚ ਤਾਂ 14 ਸਾਲ ਦਾ ਜਦੋਂ ਬੱਚਾ ਹੋ ਜਾਂਦਾ ਉਦੋਂ ਮਾਂ ਪਿਓ ਕਹਿ ਦਿੰਦੇ ਆ ਵੀ ਜਾ ਆਪਣਾ ਕਮਾ ਅਤੇ ਜਿੱਥੇ ਮਰਜ਼ੀ ਜਾ, ਘੁੰਮ ਫਿਰ, ਜੋ ਮਰਜ਼ੀ ਕਰ। ਸੋ ਇਹ ਕਹਿੰਦੇ ਕਿ ਅਸੀਂ ਮੰਨ ਹੀ ਨਹੀਂ ਸਕਦੇ ਜਦੋਂ ਸਾਡੇ ਬੱਚੇ ਕਹਿੰਦੇ ਨੇ ਕਿ ਅਸੀਂ ਚੈੱਕ ਨਹੀਂ ਜੇ ਕੀਤਾ, ਅਸੀਂ ਤਾਂ ਬੱਚੇ ਸੀ। ਉਹ ਕਹਿੰਦੇ ਨਹੀਂ, ਜਦੋਂ ਤੁਸੀਂ 18 ਕ੍ਰੋਸ ਕਰ ਗਏ, ਜਦੋਂ ਤੁਸੀਂ 17 ਕ੍ਰੋਸ ਕਰ ਗਏ, +2 ਪਰ ਆਪਣੀ ਹਾਇਰ ਸੈਕੰਡਰੀ ਕਰ ਗਏ, ਤੁਸੀਂ ਬੱਚੇ ਨਹੀਂ ਹੋ। ਸੋ ਇਹ ਅਸੀਂ ਨਹੀਂ ਮੰਨਦੇ ਕਿ ਜੀ ਤੁਹਾਨੂੰ ਤੁਹਾਡੇ ਏਜੰਟ ਨੇ ਮਿਸਗਾਈਡ ਕੀਤਾ। ਹੁਣ ਸਾਡੇ ਕਲਚਰ ਦਾ ਕਿੰਨਾ ਨੂੰ ਪਤਾ ਵਾ, ਸਾਨੂੰ ਪਤਾ ਵਾ। ਸੋ ਇਹ ਇੱਕ ਅਗਲਾ ਪਹਿਲੂ ਆ ਗਿਆ ਜੀ ਕਿ ਸਾਡੇ ਉੱਪਰ, ਕਿ ਇਹਦੇ ਵਿੱਚ ਬੱਚੇ ਕੁਛ ਨਹੀਂ ਕਰ ਸਕਦੇ। ਹੁਣ ਬਹੁਤ ਸਾਰੇ ਬੱਚਿਆਂ ਨੇ ਫੈਡਰਲ ਗਵਰਨਮੈਂਟ ਨੂੰ ਅਪਲਾਈ ਕੀਤਾ, ਉਹਨਾਂ ਦੇ ਬਹੁਤ ਸਾਰੇ ਬੱਚਿਆਂ ਨੇ ਅਪਲਾਈ ਕੀਤਾ ਕਿ ਇਹ ਸਾਡੇ ਨਾਲ ਗਲਤ ਹੋਇਆ, ਔਰ ਬਹੁਤ ਸਾਰੇ ਬੱਚੇ ਕਰ ਰਹੇ ਨੇ। ਹਰ ਰੋਜ਼ ਨਵੀਆਂ ਨਵੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਈਮੇਲਸ ਆ ਰਹੀਆਂ, ਪਰ ਜਿਹੜੀ ਇਹ 'ਚ ਬਹੁਤ ਇੰਪੋਰਟੈਂਟ ਗੱਲ ਆ ਜਿਹੜੀ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਦਾ ਅੱਜ, ਉਹ ਇਹ ਆ, ਉਹ ਇਹ ਨਹੀਂ ਆ ਕਿ ਚਲੋ ਜਿਹੜੇ ਬੱਚਿਆਂ ਨਾਲ ਹੋਇਆ ਉਹ ਤਾਂ ਮਾੜਾ ਹੋਇਆ, ਉਹ ਤਾਂ ਉਹਨਾਂ ਨਾਲ ਬਹੁਤ ਹੀ ਜ਼ਿਆਦਾ ਗਲਤ ਹੋਇਆ। ਹੁਣ ਉਹਨਾਂ 'ਚੋਂ ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੇ ਸ਼ਾਦੀਆਂ ਕਰਵਾ ਲਈਆਂ, ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦੇ ਕੈਨੇਡਾ 'ਚ ਆ ਕੇ ਬੱਚੇ ਹੋ ਗਏ, ਜਾਂ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਬੱਚੇ ਪੈਦਾ ਕਰ ਲਏ ਇੱਧਰ ਆ ਗਏ, ਜਾਂ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਸ਼ਾਦੀਆਂ ਕਰ ਲਈਆਂ ਉਹਨਾਂ ਦੇ ਸਪਾਊਸ ਆ ਗਏ, ਜਾਂ ਜਿਨ੍ਹਾਂ ਨੇ ਇੰਡੀਆ 'ਚ ਸ਼ਾਦੀ ਕੀਤੀ ਹੋਈ ਆ ਉਹਨਾਂ ਦਾ ਸਪਾਊਸ ਅਜੇ ਆਇਆ ਨਹੀਂ। ਬਹੁਤ ਸਾਰੇ ਇਹੋ ਜਿਹੇ ਵੀ ਹੋਣਗੇ ਇਹਨਾਂ ਦੇ ਵਿੱਚ ਜਿਨ੍ਹਾਂ ਨੇ ਬਹੁਤ ਸਾਰੇ ਨੇ ਕੰਟਰੈਕਟ ਮੈਰਿਜਸ ਵੀ ਕੀਤੀਆਂ ਹੋਣੀਆਂ, ਵੀ ਸਾਡੀ ਕੁੜੀ ਤੁਹਾਡੇ ਮੁੰਡੇ ਨੂੰ ਬੁਲਾ ਲਓ, ਸਾਡਾ ਮੁੰਡਾ ਤੁਹਾਡੇ ਕੁੜੀ ਨੂੰ ਬੁਲਾ ਲਓ, ਉਹ ਪੈਸਿਆਂ ਦਾ ਵੀ ਲੈਣ ਦੇਣ ਹੋਇਆ ਹੋਊਗਾ। ਇਹ ਇਕੱਲੇ 700 ਬੱਚੇ ਜਾਂ 200 ਬੱਚੇ ਜਾਂ ਜਿੰਨੇ ਵੀ ਬੱਚੇ ਨੇ, ਇਕੱਲੇ ਡਿਪੋਰਟ ਨਹੀਂ ਹੋਣੇ, ਇਹ ਇਕੱਲੇ ਬੱਚਿਆਂ ਦੀ ਜ਼ਿੰਦਗੀ ਨਹੀਂ ਖਰਾਬ ਹੋਣੀ, ਬੱਚਿਆਂ ਦੇ ਮਾਂ ਪਿਓ ਦੀ ਜ਼ਿੰਦਗੀ ਖਰਾਬ ਹੋਣੀ ਆ, ਔਰ ਬਹੁਤ ਸਾਰੀਆਂ ਹੋਰ ਜਿਹੜੀਆਂ ਪਰਿਵਾਰ ਨੇ ਜਿਹੜੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਉਹਨਾਂ ਦੀਆਂ ਵੀ ਜ਼ਿੰਦਗੀਆਂ, ਅਤੇ ਜਿਹੜੇ ਬੱਚੇ ਵਿਚਾਰੇ ਪੈਦਾ ਹੋਏ ਨੇ ਕੈਨੇਡਾ ਦੇ ਵਿੱਚ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ। ਉਹ ਕੀ ਸੋਚ ਕੇ ਮਤਲਬ ਆਪਣੀ ਜ਼ਿੰਦਗੀ ਅੱਗੇ ਕੱਢਣਗੇ ਕਿ ਸਾਡੇ ਮਾਂ ਪਿਓ ਨੇ ਫਰੋਡ ਕੀਤਾ ਜਾਂ ਸਾਡੇ ਮਾਂ ਪਿਓ ਨਾਲ ਏਜੰਟਾਂ ਨੇ ਫਰੋਡ ਕੀਤਾ। ਇਹ ਇੱਕ ਬਹੁਤ ਵੱਡਾ ਜਿਹੜਾ ਮੈਟਰ ਹੈ ਜੀ, ਜਿਹੜਾ ਜਿਹਦੇ ਉੱਪਰ ਵਿਚਾਰ ਕਰਨੀ ਬਣਦੀ ਆ। ਹੁਣ ਇਹ ਕੀ ਇੰਨੇ ਕੀ ਬੱਚੇ ਨੇ ਜਾਂ ਬਹੁਤ ਜ਼ਿਆਦਾ ਬੱਚੇ ਨੇ? ਮੈਂ ਕਹਿੰਦਾ ਜੀ ਪੰਜਾਬ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿੰਨੇ ਵੀ ਆ ਛੋਟੇ ਛੋਟੇ ਮੋਟੇ ਏਜੰਟ ਬੈਠੇ ਹੋਏ ਨੇ, ਇਹ ਸਾਰੇ ਏਜੰਟ, ਇਹਨਾਂ 'ਚੋਂ 90% ਏਜੰਟ ਬੱਚਿਆਂ ਦੇ ਗਲਤ ਡਾਕੂਮੈਂਟ ਲਗਾ ਕੇ ਬੱਚਿਆਂ ਨੂੰ ਭੇਜ ਰਹੇ ਨੇ। ਮੈਂ ਪਿੱਛੇ ਵੀ ਇੱਕ ਵੀਡੀਓ ਬਣਾਈ ਸੀ, ਮੇਰੇ ਕੋਲ ਬਹੁਤ ਸਾਰੇ ਇਹੋ ਜਿਹੇ ਕੇਸ ਆਏ ਹੋਏ ਨੇ ਜਿਨ੍ਹਾਂ ਦੇ ਬੱਚਿਆਂ ਦੇ ਮਾਂ ਪਿਓ ਦਾ ਵੀਜ਼ਾ ਨਹੀਂ ਲੱਗ ਰਿਹਾ, ਕਿਉਂਕਿ ਬੱਚਿਆਂ ਦੇ ਮਾਂ ਪਿਓ ਦਾ ਵਿਜ਼ਿਟਰ ਐਂਡ ਟੂਰਿਸਟ ਵੀਜ਼ਾ ਇਸ ਲਈ ਨਹੀਂ ਲੱਗ ਰਿਹਾ ਕਿਉਂਕਿ ਜਦੋਂ ਉਹਨਾਂ ਦੇ ਬੱਚੇ ਗਏ ਸੀ, ਉਹ ਜੋ ਉਹਨਾਂ ਦੇ ਮਾਂ ਪਿਓ ਐਕਚੁਅਲ ਸੀਗੇ ਉਹਨਾਂ ਦੇ ਬੱਚਿਆਂ ਦੀ ਫਾਈਲ ਦੇ ਵਿੱਚ ਉਹਨਾਂ ਨੂੰ ਕੁਛ ਹੋਰ ਬਣਾ ਕੇ ਭੇਜਿਆ ਗਿਆ ਸੀਗਾ। ਸੋ ਇਹ ਨਹੀਂ ਸੀਗਾ ਕਿ ਉਹ ਖੇਤੀ ਕਰਦੇ ਆ, ਉਹਨਾਂ ਨੂੰ ਕਿਸੇ ਜੌਬ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਕਰਤਾ, ਹੁਣ ਉਹ ਫਾਈਲ ਦੇ ਜਿਹੜੀਆਂ ਮਿਸਮੈਚ ਹੋ ਰਹੀਆਂ ਨੇ, ਐਵੇਂ ਮੈਰਿਜਸ ਦੇ ਵਿੱਚ, ਐਵੇਂ ਸਪਾਊਸ ਵੀਜ਼ਾ ਦੇ ਵਿੱਚ, ਐਵੇਂ ਸੁਪਰ ਵੀਜ਼ਾ ਦੇ ਵਿੱਚ, LMIA ਦੇ ਵਿੱਚ, ਐਂਡ PR ਸਪੈਸੀਫਿਕਲੀ ਜਿਹੜੇ ਲੋਕਾਂ ਨੇ PR ਲਈ ਆ ਉਹਨਾਂ ਨੇ ਮੈਨੀਪੁਲੇਟਡ ਬਹੁਤ ਸਾਰੇ ਜਿਹੜੇ ਡਾਕੂਮੈਂਟਸ ਲਾਏ ਨੇ ਉਹਨਾਂ ਦੇ ਉੱਪਰ। ਸੋ ਇਹ ਜਿਹੜੀ ਸ਼ੁਰੂਆਤ ਹੋਈ ਆ, ਇਹ ਨਾ ਇੱਕ ਚਾਦਰ ਆ ਜੀ ਜਿਹਦਾ ਇੱਕ ਤੰਦ ਉੱਧੜ ਗਿਆ, ਹੁਣ ਇਹ ਪੂਰੀ ਦੀ ਪੂਰੀ ਚਾਦਰ ਉੱਧੜੂਗੀ, ਕਿਉਂਕਿ ਅਸੀਂ ਪੰਜਾਬੀ ਖੁਦ ਪਹਿਲਾਂ ਪੁੱਠੇ ਕੰਮ ਕਰਦੇ ਹਾਂ, ਫਿਰ ਹੁੱਬ ਹੁੱਬ ਕੇ ਦੱਸਦੇ ਹਾਂ ਕੈਨੇਡਾ ਦੇ ਵਿੱਚ ਪਹੁੰਚ ਕੇ ਐਂ ਕਰਕੇ ਆਏ ਹਾਂ ਅਸੀਂ, ਆਹ ਕਰਕੇ ਆਏ ਹਾਂ ਅਸੀਂ। ਸੋ
ਉਸੇ ਕੜੀ ਦੇ ਵਿੱਚ ਵਿੱਚ ਇਹ ਜਿਹੜੇ ਬੱਚੇ ਫੜੇ ਗਏ ਨੇ। ਇਸ ਤੋਂ ਬਾਅਦ ਇਹ ਜੇ ਅਗਰ ਇਨਵੈਸਟੀਗੇਸ਼ਨਸ ਵੱਧਦੀਆਂ ਨੇ ਅੱਗੇ, ਇਹ ਵੱਧਦੀਆਂ ਇਹ ਸੁਪਰ ਵੀਜ਼ੇ ਤੱਕ, ਵਰਕ ਪਰਮਿਟ ਤੱਕ, LMIA ਤੱਕ, PR ਤੱਕ, ਔਰ ਇਹ ਸਾਰੀਆਂ ਹੌਲੀ 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 ਹਰ ਕੈਟੇਗਰੀ ਦੀਆਂ ਫਾਈਲਸ ਦੇ ਵਿੱਚ ਵੀ ਜਾਣਾ। ਸੋ ਮੈਂ ਹਮੇਸ਼ਾ ਤੋਂ ਕਹਿੰਦਾ ਆ ਰਿਹਾ ਕਿ ਹੌਲੀ ਹੌਲੀ ਪ੍ਰੋਸੈਸ ਕਰ ਲਓ, ਥੋੜ੍ਹਾ ਜਰਾਂਦ ਰੱਖ ਲਓ, ਪੇਸ਼ੈਂਸ ਰੱਖ ਲਓ, ਰੁਕ ਕੇ ਚਲੇ ਜਾਇਓ, ਸਹੀ ਡਾਕੂਮੈਂਟ ਲਗਾ ਕੇ ਜਾਓ। ਪਰ ਨਹੀਂ, ਅਸੀਂ ਮੰਨਦੇ ਨਹੀਂ। ਸਾਨੂੰ ਤਾਂ ਇਹ ਹੁੰਦਾ ਕਿ ਜਿਹੜਾ ਸਾਨੂੰ ਚੁਟਕੀਆਂ ਮਾਰਦਾ, ਜਿਹੜਾ ਕਹਿੰਦਾ ਕਿ ਐਂ ਕੱਢਾਂਗੇ ਜੀ, ਐਂ ਫਿਕਰ ਨਾ ਕਰੋ, ਵੀਜ਼ੇ ਆ ਦੇਖੋ, ਇੰਨੇ ਵੀਜ਼ੇ ਲਵਾਏ। ਅੱਜ ਉਹ ਏਜੰਟਸ ਔਰ ਅੱਜ ਉਹ ਲੋਕ ਜਿਹੜੇ ਇਹਨਾਂ ਕੋਲ ਜਾਂਦੇ ਸੀ, ਹਜੇ ਤੇ ਸ਼ੁਰੂਆਤ ਹੋਈ ਆ, ਹਜੇ ਤੇ ਧੂੰਆਂ ਨਿਕਲਣਾ ਸ਼ੁਰੂ ਹੋਇਆ, ਅੱਗ ਤੇ ਭਾਂਬੜ ਬਲਣੇ ਹਜੇ ਬਾਕੀ ਨੇ। ਅੱਜ ਵੀ ਸਮਝੋ, ਜਿਹੜੀ ਤੁਹਾਨੂੰ ਆਦਤ ਪਈ ਹੋਈ ਹੈ ਨਾ ਕਿ ਗੁਆਂਢ ਚੋਂ ਹੀ ਲਵਾਉਣਾ, ਕਸਬੇ ਚੋਂ ਹੀ ਲਵਾਉਣਾ, ਪਿੰਡ ਚੋਂ ਹੀ ਲਵਾਉਣਾ, ਆ ਛੋਟਾ ਜਿਹੜਾ ਨਾਲ ਦਾ ਸ਼ਹਿਰ ਲੱਗਦਾ, ਉਹ ਜਿਹੜੇ ਤੁਹਾਨੂੰ ਭਰਮਾਉਂਦੇ ਆ, ਇੱਕ ਤਾਂ ਜਿੰਨੇ ਛੋਟੇ ਛੋਟੇ ਸ਼ਹਿਰਾਂ 'ਚ ਬੈਠੇ ਹੋਏ ਆ ਉਹ ਓਨਾ ਹੀ ਜ਼ਿਆਦਾ ਵਿਖਾਵਾ ਕਰਦੇ ਆ। ਉਹ ਕਦੇ ਪਾਸਪੋਰਟ ਟੇਬਲ 'ਤੇ ਰੱਖ ਰੱਖ ਕੇ 20 ਲਵਾ ਤੇ, 40 ਲਵਾ ਤੇ, ਕਦੇ ਆ ਤੁਹਾਨੂੰ ਦਿਖਾ ਦਿਖਾ ਕੇ ਜਿੰਨਾ ਜ਼ਿਆਦਾ ਭਰਮਾ ਰਹੇ ਨੇ, ਓਨਾ ਹੀ ਜ਼ਿਆਦਾ ਉਹ ਤੁਹਾਡੀਆਂ ਫਾਈਲਾਂ ਨਾਲ ਖੇਡ ਰਹੇ ਨੇ। ਸੋ ਇੱਕ ਤਾਂ ਵਧੀਆ ਕੰਸਲਟੈਂਟ ਚੂਜ਼ ਕਰੋ, ਐਟਲੀਸਟ ਉਹ ਜਿਹੜੇ ਕਿ ਤੁਹਾਡੀ ਫਾਈਲ ਤੁਹਾਡੇ ਬੱਚਿਆਂ ਦੀ ਜ਼ਿੰਮੇਵਾਰੀ ਕੈਨੇਡਾ ਦੇ ਵਿੱਚ, ਨਾ ਕਿ ਸਿਰਫ ਇੰਡੀਆ, ਬਾਕੀ ਕੰਟਰੀਆਂ 'ਚ ਵੀ, ਮੰਨ ਲਓ ਤੁਸੀਂ ਕੈਨੇਡਾ ਭੇਜ ਰਹੇ ਹੋ ਬੱਚਿਆਂ ਨੂੰ, ਕੈਨੇਡਾ ਦੇ ਵਿੱਚ ਵੀ ਸੰਭਾਲ ਸਕਣ। ਰੈਫਰਲਸ ਐਡੂਸਿਟੀ ਦੇ ਵਿੱਚ ਅਸੀਂ, ਮਤਲਬ ਸਾਡੇ 3 ਆਫਿਸ ਨੇ ਜੀ ਕੈਨੇਡਾ ਦੇ ਵਿੱਚ, ਆਪਾਂ ਗਏ ਹੀ ਕੈਨੇਡਾ ਤੋਂ, ਅਸੀਂ ਕੈਨੇਡਾ ਤੋਂ ਜਾ ਕੇ ਪੰਜਾਬ ਦੇ ਵਿੱਚ ਆਫਿਸ ਖੋਲ੍ਹਿਆ, ਅਤੇ ਬਹੁਤ ਸਾਰੇ ਪੰਜਾਬ ਦੇ ਇਹੋ ਜਿਹੇ ਏਜੰਟਸ ਨੇ ਜੀ ਜਿਹੜੇ ਵਿਚਾਰੇ ਅੱਜ ਤੱਕ ਕੈਨੇਡਾ ਆਪ ਵੀ ਨਹੀਂ ਆਏ। ਸ਼੍ਰੀਲੰਕਾ ਦਾ ਵੀਜ਼ਾ ਨਹੀਂ ਉਹਨਾਂ ਕੋਲ, ਕੈਨੇਡਾ ਤਾਂ ਵਿਚਾਰੇ ਦੂਰ ਦੀ ਗੱਲ ਆ, ਨਾ ਉਹਨਾਂ ਨੂੰ ਕੁਛ ਪਤਾ ਕੈਨੇਡਾ ਬਾਰੇ, ਨਾ ਉਹਨਾਂ ਦੇ ਸਟਾਫ ਨੂੰ ਪਤਾ ਕੁਛ। ਬਸ ਉਹਨਾਂ ਦਾ ਪਰਪਜ਼ ਆ, ਉਹ ਤੁਹਾਡੇ ਤੋਂ ਫਾਈਲ ਫੜ ਕੇ ਅੱਗੇ ਕਿਸੇ ਨੂੰ ਦਿੰਦੇ ਆ, ਅੱਗੇ ਤੋਂ ਅੱਗੇ ਦਿੰਦੇ ਆ, ਕੌਣ ਵਿੱਚ ਕਿਹਦੇ ਕਿਹੜੀ ਕੀ ਲਗਾ ਰਿਹਾ ਡਾਕੂਮੈਂਟ ਦੇ, ਤੁਹਾਨੂੰ ਕੁਛ ਪਤਾ ਨਹੀਂ ਲੱਗ ਰਿਹਾ। ਇਹ ਟਾਈਮ ਬਹੁਤ ਮਾੜਾ ਚੱਲ ਰਿਹਾ, ਆਉਣ ਵਾਲਾ ਟਾਈਮ ਇਸ ਤੋਂ ਵੀ ਮਾੜਾ ਹੋਣ ਵਾਲਾ। ਅੱਜ ਜਿਹੜੇ ਬੱਚਿਆਂ ਨੂੰ ਭੇਜ ਚੁੱਕੇ ਹੋ ਜਾਂ ਜਿਹੜੇ ਬੱਚਿਆਂ ਨੂੰ ਅੱਜ ਤੋਂ ਬਾਅਦ ਭੇਜਣਾ ਚਾਹੁੰਦੇ ਹੋ, ਐਟਲੀਸਟ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਪਹਿਲਾਂ ਕਹਾਵਤ ਇਹ ਹੁੰਦੀ ਸੀ ਕਿ ਸਿਆਣਾ ਕੌਣ ਹੁੰਦਾ, ਸਿਆਣਾ ਉਹ ਹੁੰਦਾ ਜਿਹੜਾ ਗਲਤੀ ਕਰਕੇ ਸਿੱਖ ਜਾਵੇ ਔਰ ਗਲਤੀ ਤੋਂ ਸਮਝ ਜਾਵੇ। ਮੈਂ ਕਹਿੰਦਾ ਨਹੀਂ, ਅੱਜ ਦੇ ਟਾਈਮ ਦੇ ਵਿੱਚ ਉਹ ਵੀ ਸਿਆਣਾ ਨਹੀਂ, ਪਹਿਲਾਂ ਤੁਸੀਂ ਗਲਤੀ ਕਰੋ ਫਿਰ ਭੁਗਤੋ ਫਿਰ ਸਿੱਖੋ, ਇੰਨੇ ਨੂੰ ਉਮਰ ਲੰਘ ਜਾਂਦੀ ਹੈ। ਮੈਂ ਕਹਿੰਦਾ ਅੱਜ ਦੇ ਟਾਈਮ 'ਚ ਸਿਆਣਾ ਉਹ ਆ ਜਿਹੜਾ ਕਿਸੇ ਦੀਆਂ ਗਲਤੀਆਂ ਤੋਂ ਸਿੱਖ ਜਾਵੇ। ਅੱਜ ਪੰਜਾਬੀ ਉਹ ਜਿੰਨੇ ਵੀ ਹੁਣ ਤੁਸੀਂ ਅੱਜ ਤੋਂ ਬਾਅਦ ਆਪਣੇ ਬੱਚਿਆਂ ਨੂੰ ਭੇਜਣਾ ਵਾ, ਐਟਲੀਸਟ ਇਹਨਾਂ 500-700 ਬੱਚਿਆਂ ਤੋਂ ਤਾਂ ਸਿੱਖ ਲਓ। ਇਹ ਹੁਣ ਤਾਂ ਆਉਣ ਵਾਲਾ ਟਾਈਮ ਆ ਜਿਹੜਾ, ਉਹਦੇ ਵਿੱਚ ਤਾਂ ਤੁਸੀਂ ਇਹਨਾਂ ਏਜੰਟਾਂ ਜਾਂ ਇਹਨਾਂ ਦੁਕਾਨਾਂ ਜਾਂ ਇਹ ਜਿਹੜੇ ਅੱਜ ਕੱਲ੍ਹ ਨਵੇਂ ਖੁੱਲ੍ਹਦੇ ਨੇ, ਅੱਜ ਤਾਂ ਇਹਨਾਂ ਕੋਲ ਜਾਣਾ ਛੱਡ ਦਿਓ, ਕਿਉਂਕਿ ਇਹਨਾਂ ਨੇ ਅੱਜ ਵੀ ਤੁਹਾਨੂੰ ਕੁਛ ਨਹੀਂ ਦੇਣਾ ਕਿ ਅਸੀਂ ਕੀ ਲਾ ਰਹੇ। ਔਰ ਜੇ ਦੇ ਵੀ ਦੇਣਗੇ ਤੁਹਾਨੂੰ ਕੋਈ ਗਰੰਟੀ ਨਹੀਂ ਕਿ ਜਿਹੜੀ ਫਾਈਲ ਤੁਹਾਨੂੰ ਦਿੱਤੀ ਆ ਉਹ ਲਾਈ ਵੀ ਆ ਕਿ ਨਹੀਂ ਲਾਈ। 15 ਸਾਲ ਤੋਂ ਅਸੀਂ ਤੁਹਾਡੀ ਸੇਵਾ ਕਰ ਰਹੇ ਹਾਂ ਜੀ, ਕੈਨੇਡਾ ਆਫਿਸ, ਕੈਨੇਡਾ ਤੋਂ ਜਾ ਕੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਆਫਿਸ ਖੋਲ੍ਹਿਆ, ਕੈਨੇਡਾ ਦੇ ਵਿੱਚ ਵੀ ਆਫਿਸ, ਐਡਮਿੰਟਨ ਆਫਿਸ, ਟੋਰੋਂਟੋ ਆਫਿਸ, ਵੈਨਕੂਵਰ ਦੇ ਵਿੱਚ ਆਫਿਸ। ਤੁਹਾਡੇ ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਆ ਸਾਡੀ ਆਈਲੈਟਸ ਕਰਾਉਣ ਤੋਂ ਲੈ ਕੇ ਉਹਨਾਂ ਦੀ ਆਫਰ ਲੈਟਰ, ਹੁਣ ਤਾਂ ਅੱਜ ਕੱਲ੍ਹ ਆਉਣ ਵਾਲੇ ਟਾਈਮ 'ਚ ਇਹ ਵੀ ਐਡ ਹੋਇਆ ਕਰੂਗੀ ਕਿ ਅਸਲੀ ਆਫਰ ਲੈਟਰ ਲੈਣ ਲਈ ਮਿਲੋ। ਸੋ ਤੁਹਾਡੇ ਬੱਚਿਆਂ ਦੀ ਜੈਨੂਅਨ ਆਫਰ ਲੈਟਰ ਲੈ ਕੇ, ਉਹਨਾਂ ਦਾ ਵੀਜ਼ਾ ਲਵਾ ਕੇ, ਉਹਨਾਂ ਦੀ ਏਅਰਪੋਰਟ ਪਿਕਅਪ, ਉਹਨਾਂ ਦੀ ਅਕੋਮੋਡੇਸ਼ਨ ਅਰੇਂਜਮੈਂਟ, ਫਿਰ ਉਹਨਾਂ ਦੇ ਸਟੱਡੀ ਤੋਂ ਬਾਅਦ ਉਹ ਅਗਰ ਉਹਨਾਂ ਦਾ ਸਟੱਡੀ ਵੀਜ਼ਾ ਐਕਸਟੈਂਸ਼ਨ ਆ ਉਹ ਕਰਾਇਆ, ਅਗਰ ਉਹਨਾਂ ਦਾ ਵਰਕ ਪਰਮਿਟ ਅਪਲਾਈ ਕਰਵਾਇਆ, ਉਹਨਾਂ ਨੂੰ ਵਰਕ ਪਰਮਿਟ ਲੈ ਕੇ ਦੇਣ ਤੱਕ, ਉਹਨਾਂ ਦੀ PR ਅਪਲਾਈ ਕਰਨ ਤੱਕ, ਉਹਨਾਂ ਦੇ ਸਪਾਊਸ ਵੀਜ਼ਾ, ਉਹਨਾਂ ਦੇ ਸਪਾਊਸ ਨੂੰ ਬੁਲਾਉਣ ਤੱਕ, ਉਹਨਾਂ ਦੇ ਪੇਰੈਂਟਸ ਦਾ ਟੂਰਿਸਟ ਵਿਜ਼ਟਰ ਵੀਜ਼ਾ ਲਵਾ ਕੇ, ਫਿਰ ਉਹਨਾਂ ਦੇ ਪੇਰੈਂਟਸ ਦਾ ਸੁਪਰ ਵੀਜ਼ਾ ਲਵਾ ਕੇ, ਫਿਰ ਉਹਨਾਂ ਦੇ ਪੇਰੈਂਟਸ ਦੀ ਪਰਮਾਨੈਂਟ ਰੈਜੀਡੈਂਸੀ ਔਰ ਉਹਨਾਂ ਦੇ ਦਾਦਾ ਦਾਦੀ ਦੀ ਪਰਮਾਨੈਂਟ ਰੈਜੀਡੈਂਸੀ ਤੱਕ ਅਸੀਂ ਤੁਹਾਡੇ ਨਾਲ ਹਾਂ, ਤੁਹਾਡੇ ਬੱਚਿਆਂ ਦੇ ਨਾਲ ਹਾਂ। ਇਹ ਨਹੀਂ ਕਿ ਅਸੀਂ ਇਕੱਲੇ ਕੈਨੇਡਾ 'ਚ ਬੈਠੇ ਹੋਏ ਹਾਂ, ਪੰਜਾਬ ਦੇ ਵਿੱਚ ਤੁਸੀਂ ਸਾਨੂੰ ਫੜ ਨਹੀਂ ਸਕਦੇ ਜਾਂ ਤੁਹਾਡੀ ਸਾਡੇ ਕੋਲ ਆ ਨਹੀਂ, ਅਪਰੋਚ ਨਹੀਂ ਕਰ ਸਕਦੇ। ਇਹ ਨਹੀਂ ਕਿ ਅਸੀਂ ਇਕੱਲੇ ਪੰਜਾਬ 'ਚ ਹੀ ਬੈਠੇ ਹੋਏ ਹਾਂ, ਕੈਨੇਡਾ ਜਾ ਕੇ ਕਿਹੜਾ ਅਸੀਂ ਬੈਠੇ ਹਾਂ, ਸਾਡੀ ਲਾਅ ਫਰਮ ਆ ਜੀ, ਇੱਥੇ ਅਸੀਂ ਬਰੈਸਟਰ ਵੀ ਹਾਇਰ ਕੀਤੇ ਹੋਏ ਨੇ, RCIC ਵੀ ਹਾਇਰ ਕੀਤੇ ਨੇ, ਇਮੀਗ੍ਰੇਸ਼ਨ ਲੋਇਰ ਵੀ ਸਾਡੀ ਕੰਪਨੀ ਦੇ ਵਿੱਚ ਕੰਮ ਕਰਦੇ ਨੇ। ਸੋ ਹਰ ਤਰ੍ਹਾਂ ਨਾਲ ਅਸੀਂ ਹੈਲਪ ਕਰਦੇ ਹਾਂ ਜੀ ਤੁਹਾਡੀ। ਸੋ ਤੁਸੀਂ ਵੀ ਅਗਰ ਚਾਹੁੰਦੇ ਹੋ ਕਿ ਤੁਹਾਡੇ ਵੀ ਬੱਚੇ ਆਉਣ ਵਾਲੇ ਦਿਨਾਂ ਦੇ ਵਿੱਚ ਡੈਪੋਟੇਸ਼ਨ ਜਾਂ ਡਿਪੋਰਟ ਨਾ ਹੋਣ, ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਬੱਚੇ ਇੱਧਰ ਕਾਮਯਾਬ ਹੋਣ, ਤੁਸੀਂ ਸਾਨੂੰ ਇੱਕ ਵਾਰ ਜ਼ਰੂਰ ਸੇਵਾ ਦਾ ਮੌਕਾ ਮਿਲੋ। ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਕੁਐਸਚਨ ਆ, ਕੋਈ ਇਨਫੋਰਮੇਸ਼ਨ ਆ, ਉਹ ਲੋਕ ਜਿਨ੍ਹਾਂ ਦੇ ਬੱਚੇ ਇਸ ਪ੍ਰੋਬਲਮ ਦੇ ਵਿੱਚ ਫਸੇ ਹੋਏ ਨੇ, ਉਹ ਵੀ ਸਾਨੂੰ ਆ ਕੇ ਕੰਟੈਕਟ ਕਰ ਸਕਦੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ।